ਤੇ 4 ਕਿਲੋ ਭਾਰ ਘਟ ਗਿਆ। ਜਿਹੜੀ ਤੋਂਦ ਨਿਕਲਿਆ ਹੁੰਦੀ ਆਪਾਂ ਢਿੱਡ, ਸਭ ਤੋਂ ਪਹਿਲਾਂ ਢਿੱਡ 'ਚ ਚਰਬੀ ਜਮ੍ਹਾਂ ਹੋਣ ਲੱਗ ਜਾਂਦੀ ਆ। ਕੋਈ ਔਖਾ ਨਹੀਂ ਬਈ, ਵੇਟ ਘਟਾਉਣਾ ਤੇ ਵਧਾਉਣਾ ਵੀ ਔਖਾ ਨਹੀਂ ਗਾ। ਛੋਟੀਆਂ ਵੀਡੀਓ ਮੈਨੂੰ ਲੱਗਦਾ ਵੱਧ ਚੱਲਿਆ ਕਰਨੀ ਹੈ ਨਾ ਮਿਸਤਰੀਆ, ਕਿਉਂ ਕੀ ਕਹਿੰਦੇ ਆ ਇਹ, ਖਰੀਦ ਲਓ ਮਿਸਤਰੀ ਨੂੰ। ਪਿਛਲੇ 2 ਹਫ਼ਤਿਆਂ ਤੋਂ ਜਦੋਂ ਵੀ ਸ਼ੀਸ਼ੇ 'ਚ ਆਪਣਾ ਮੂੰਹ ਦੇਖਦਾ ਤਾਂ ਪਤਲਾ ਪਤਲਾ ਜਿਹਾ ਲੱਗਦਾ ਗਾ, ਕਿਉਂਕਿ 2 ਹਫ਼ਤੇ ਪਹਿਲਾਂ ਬੁਖਾਰ ਚੜਿਆ ਸੀ ਮੈਨੂੰ 3 ਕੁ ਦਿਨ, ਅਤੇ 4 ਕਿਲੋ ਭਾਰ ਘੱਟ ਗਿਆ। 4 ਕਿਲੋ ਭਾਰ ਘੱਟ ਗਿਆ ਸੀ। ਹਾਂ ਵੀ ਕੋਟੀ ਟੋਪੀ ਪਾ ਲਿਆ ਕੋਈ ਯਾਰ, ਹੈਗਾ ਸਾਰਾ ਕੁਛ ਫਿਰ, ਹੈਗਾ ਤਾਂ ਪਾ ਸਿਰ ਤੇ, ਕੀ ਆ ਤੇਰੇ ਸਿਰ ਤੇ ਟੋਪੀ ਹੀ ਨਹੀਂ ਆਈ। ਜਦ ਕੀ ਚੱਲ ਪਿਆ ਦੁਕਾਨ ਤੇ ਪਕੌੜੇ ਲੈਣ, ਪਕੌੜੇ ਲੈਣ ਹੀ ਚੱਲਿਆ, ਹੋਰ ਕੀ ਚੱਲਿਆ ਗਾ, ਰੁਪਈਏ ਦਾ ਰਾਹ ਸੁੱਟਦਾ ਜਾਂਦਾ ਗਾ। ਚੰਗਾ, ਇਹ ਵੀ ਜਿਮ ਵਾਲਿਆਂ ਦਾ, ਇੱਧਰਲੇ ਦੂਜੇ ਘਰ ਵਾਲਿਆਂ ਦਾ ਗਾ ਦੋਤਾ, ਅਤੇ ਬੜਾ ਹੀ ਚਲਾਕ ਲੂੰਬੜਾ ਇਹ, ਅਤੇ ਵੇਟ ਦੀ ਗੱਲ ਕਰਦਾ ਸੀਗਾ, ਮੂੰਹ ਨਿੱਕਾ ਨਿੱਕਾ ਪਤਲਾ ਪਤਲਾ ਜਿਹਾ ਲੱਗੀ ਜਾਂਦਾ ਮੈਨੂੰ, ਉੱਥੇ ਬਈ ਬੁਖਾਰ ਚੜ੍ਹਨ ਵਾਲਾ, ਭੁੱਖ ਨਹੀਂ ਲੱਗੀ ਫਿਰ ਬੁਖਾਰ ਤੋਂ ਬਾਅਦ 4 ਦਿਨ, ਅਤੇ ਜਦੋਂ ਆਪਾਂ ਮਤਲਬ ਰੱਜ ਕੇ ਖਾਂਦੇ ਪੀਂਦੇ ਹੈਗੇ ਅਤੇ ਆਪਣੇ ਸਰੀਰ 'ਚ ਫੈਟ, ਕਾਰਬਸ, ਫਾਈਬਰ, ਪ੍ਰੋਟੀਨ ਅਤੇ ਇਹ ਚੀਜ਼ਾਂ ਜਮ੍ਹਾਂ ਹੋ ਜਾਂਦੀਆਂ ਲੋੜ ਤੋਂ ਵੱਧ ਖਾਂਦੇ ਹਾਂ ਜਦੋਂ, ਅਤੇ ਜਿਹਨੂੰ ਆਪਾਂ, ਕੀ ਹਾਲ ਆ ਬਾਈ ਜੀ, ਚੱਲ ਵਧੀਆ ਹੀ ਚਾਹੀਦੇ ਹੋ ਭਰਾ। ਜਿਹੜੀ ਤੋਂਦ ਨਿਕਲਿਆ ਹੁੰਦੀ ਆਪਾਂ ਢਿੱਡ, ਸਭ ਤੋਂ ਪਹਿਲਾਂ ਢਿੱਡ 'ਚ ਚਰਬੀ ਜਮ੍ਹਾਂ ਹੋਣ ਲੱਗ ਜਾਂਦੀ ਆ, ਉਸ ਤੋਂ ਬਾਅਦ ਅੱਗੇ ਅੱਗੇ ਉਹ ਸ਼ਿਫਟ ਕਰਦੀ ਰਹਿੰਦੀ ਆ ਬੋਡੀ ਆਪਣੀ, ਮਤਲਬ ਸਾਰੇ ਸਰੀਰ 'ਚ ਮੋਟਾਪਾ ਹੋ ਜਾਂਦਾ ਜਿਹੜਾ, ਅਤੇ ਉਹਦੇ 'ਚ ਸਾਰੀਆਂ ਚੀਜ਼ਾਂ ਹੀ ਉਹ ਹੁੰਦੀਆਂ ਨੇ, ਫਾਈਬਰ, ਕਾਰਬਸ, ਫੈਟ, ਪ੍ਰੋਟੀਨ ਇਹ ਵਾਲੀਆਂ ਜਿਵੇਂ ਜਿਵੇਂ ਆਪਾਂ ਖਾਂਦੇ ਹੁੰਦੇ ਹਾਂ ਉਹ। ਅਤੇ ਹੁਣ ਜਦੋਂ ਆਪਾਂ ਨਹੀਂ ਖਾਂਦੇ, ਮਤਲਬ 4 ਦਿਨ ਮੈਂ 4 ਦਿਨ ਬਿਲਕੁਲ ਵੀ ਭੁੱਖ ਨਹੀਂ ਲੱਗੀ, ਸਵੇਰੇ ਇੱਕ ਕੌਫੀ ਦਾ ਕੱਪ ਜਾਂ ਚਾਹ ਦਾ ਕੱਪ ਪੀ ਲੈਂਦਾ ਸੀ, ਅਤੇ ਸ਼ਾਮ ਨੂੰ ਇੱਕ ਅੱਧੀ ਰੋਟੀ ਧੱਕੇ ਦੇ ਨਾਲ ਖਾਂਦਾ ਸੀਗਾ, ਅਤੇ ਲੰਘਦੀ ਨਹੀਂ ਸੀ ਬੁਰਕੀ ਅੰਦਰ ਕੁਛ ਵੀ ਨਹੀਂ। ਉਸ ਤੋਂ ਬਾਅਦ ਸਾਰਾ ਦਿਨ ਗੱਗੂ ਕੇ ਮਿਸਤਰੀ ਲੱਗਿਆ ਸੀ, ਉੱਧਰ ਕੰਮ ਕਰਦੇ ਫਿਰਦੇ ਰਹਿੰਦੇ ਸੀਗੇ। ਅਤੇ ਜਦੋਂ ਆਪਾਂ ਕੁਛ ਨਹੀਂ ਖਾਂਦੇ ਅਤੇ ਉਦੋਂ ਆਪਣਾ ਸਰੀਰ ਜਿਹੜਾ ਉਹ ਚੀਜ਼ ਜਮ੍ਹਾਂ ਹੋਈ ਹੁੰਦੀ ਆ ਲੋੜ ਤੋਂ ਵੱਧ, ਫਾਈਬਰ, ਕਾਰਬਸ, ਪ੍ਰੋਟੀਨ, ਅਤੇ ਉਹ ਸਾਰਾ ਕੁਛ ਬੋਡੀ ਆਪਣੀ ਵਰਤਦੀ ਰਹਿੰਦੀ ਆ ਅੰਦਰੋਂ ਜਦੋਂ ਆਪਾਂ ਖਾਂਦੇ ਨਹੀਂ। ਅਤੇ ਉਸੇ ਤਰ੍ਹਾਂ ਬਸ ਉਹ ਉੱਧਰੋਂ ਕੰਮ ਕਰਦਾ ਰਹਿੰਦਾ ਸੀ, ਮੈਂ ਗੱਗੂ ਕਿੱਧਰ ਮਿਸਤਰੀ ਕੋਲ, ਅਤੇ ਇੱਧਰੋਂ ਕੁਛ ਖਾਇਆ ਨਹੀਂ ਜਾਂਦਾ ਸੀਗਾ, ਅਤੇ ਫਿਰ ਮੂੰਹ ਨਿਕਲਿਆ 4 ਕਿਲੋ ਤੋਂ ਵੱਧ ਘਟਿਆ, ਊਂ ਤਾਂ ਬਸ ਉਹ ਖਾਧਾ ਪੀਤਾ ਕੱਟ ਕੇ ਫਿਰ 4 ਕਿਲੋ ਦੱਸਤਾ, ਅਤੇ 89 ਕਿਲੋ ਵੇਟ ਰਹਿ ਗਿਆ ਹੁਣ, ਅਤੇ 84 ਪਲੱਸ ਸੀਗਾ ਲਗਭਗ ਪਹਿਲਾਂ। ਅਤੇ ਖੈਰ ਕਈ ਵੀਰ ਕਹਿੰਦੇ ਹੁੰਦੇ ਅਸੀਂ ਵੇਟ ਘਟਾਉਣਾ ਬਾਈ, ਅਤੇ ਐਕਸਰਸਾਈਜ਼ ਨਾਲੋਂ, ਠੀਕ ਹੈ ਬਾਈ ਜੀ, ਐਕਸਰਸਾਈਜ਼ ਨਾਲੋਂ ਵੱਧ ਕੰਮ ਆਪਣੇ ਮਤਲਬ ਉਹ ਰੱਖਦੇ ਹੁੰਦੇ ਆਪਣਾ ਖਾਣਾ ਪੀਣਾ, ਡਾਇਟ ਵਧੀਆ ਬਾਈ ਜੀ, ਅਤੇ ਕੀ ਖਾਂਦੇ ਆਪਾਂ ਕੀ ਨਹੀਂ ਖਾਂਦੇ। ਅਤੇ ਬਹੁਤੇ ਵੀਰਾਂ ਨੂੰ ਕਹਿਣਾ ਹੁੰਦਾ ਜਿਹੜੇ ਨੂੰ ਇੱਥੇ ਵੀ ਆਉਂਦੇ ਆ, ਕੋਈ ਔਖਾ ਨਹੀਂ ਬਈ ਵੇਟ ਘਟਾਉਣਾ ਅਤੇ ਵਧਾਉਣਾ ਵੀ ਔਖਾ ਨਹੀਂ ਗਾ। ਅਤੇ ਘਟਾਉਣ ਦੀ ਗੱਲ ਆ, ਜਦੋਂ ਕੋਈ ਵੀ ਬੰਦਾ ਜਿੰਮ ਲਾਉਂਦਾ ਜਾਂ ਮਤਲਬ ਤੁਸੀਂ ਕਾਰਡੀਓ ਕਰਦੇ ਹੋ, ਕੋਈ ਕੰਮ ਕਰਦੇ ਹੋ, ਰੇਸ ਲਾ ਕੇ ਰਨਿੰਗ ਕਰਕੇ ਆਉਂਦੇ ਹੋਗੇ, ਅਤੇ ਉਸ ਤੋਂ ਬਾਅਦ ਆਉਣ ਸਾਰ ਜਿਹਨੇ ਘਟਾਉਣਾ ਵੇਟ ਆਉਣ ਸਾਰ ਨਾ ਖਾਇਆ ਕਰੋ ਬਈ, ਤੁਸੀਂ ਕੋਸ਼ਿਸ਼ ਕਰਿਆ ਕਰੋ ਘੱਟ ਤੋਂ ਘੱਟ 1.5 ਘੰਟਾ ਲੰਘਾਓ ਪਹਿਲਾਂ, ਜ਼ਿਆਦਾ ਮੋਟਾਪਾ ਤਾਂ 2-2.5-3 ਘੰਟੇ ਇਹ ਫਾਸਟਿੰਗ ਕਰਨੀ ਇੰਨੀ ਕਿ, ਅਤੇ ਤਾਂ ਕਿ ਉਹ ਆਪਣੀ ਬੋਡੀ ਨੂੰ ਮੌਕਾ ਮਿਲੇ ਜਿਹੜੀਆਂ ਆਪਣੀਆਂ ਪਹਿਲਾਂ ਤੋਂਦ 'ਚ ਆਪਾਂ ਜਮ੍ਹਾਂ ਕਰ ਰੱਖੀਆਂ ਚੀਜ਼ਾਂ, ਵੀ ਉਹਨਾਂ ਨੂੰ ਖਾਵੇ, ਉਹਨਾਂ ਨੂੰ ਵਰਤੇ ਬੋਡੀ ਆਪਣੀ। ਅਤੇ ਜਦੋਂ ਆਪਾਂ ਉੱਧਰੋਂ ਆਪਣਾ ਘੰਟਾ ਡੂਢ ਘੰਟਾ ਖਾਪਾ ਖੂਨ ਹੋ ਕੇ ਆਉਂਦੇ ਹਾਂ, ਅਤੇ ਆਉਣ ਸਾਰ ਫਿਰ ਆਪਾਂ ਠੂਸ ਦਿੰਦੇ ਹਾਂ ਚੀਜ਼ਾਂ,
ਅਤੇ ਫਿਰ ਉਹ ਚੀਜ਼ ਜਿਹੜੀ ਪਹਿਲਾਂ ਜਮ੍ਹਾਂ ਹੁੰਦੀ ਹੈ ਅਤੇ ਉਹਨੂੰ ਤਾਂ ਵਰਤਣ ਦਾ ਫਿਰ ਮੌਕਾ ਹੀ ਨਹੀਂ ਮਿਲਦਾ। ਅਤੇ ਇਹ ਜੀ ਸਿੰਪਲ ਜੀ ਖੈਰ ਗੱਲਬਾਤ ਹੁੰਦੀ ਆ। ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਆ ਆਪਣੇ ਨਵੇਂ ਬਲੌਗ 'ਚ। ਅਤੇ ਅੱਜ 2 ਮਾਘ, 15 ਜਨਵਰੀ ਸਾਲ 2024 ਅਤੇ ਸੋਮਵਾਰ ਦਾ ਦਿਨ, ਜਿਹੜਾ ਕਿ ਛੁੱਟੀ ਵਾਲੇ ਐਤਵਾਰ ਦੇ ਦਿਨ ਤੋਂ ਬਾਅਦ ਬਹੁਤ ਭੈੜਾ ਲੱਗਦਾ ਸਾਰਿਆਂ ਨੂੰ ਸੋਮਵਾਰ। ਅਤੇ ਛੁੱਟੀ ਵਾਲੇ ਦਿਨ ਖੈਰ ਸੌਣ ਦਾ ਮੌਕਾ ਮਿਲ ਜਾਂਦਾ, ਜਿਹੜੇ ਸਨੇਹਾ ਉੱਠਦੇ ਆ ਜਾਂ ਜੋਬ ਜੂਬ ਵਾਲੇ ਆ। ਅਤੇ ਖੇਤੀ ਪੱਲੇ ਵਾਲਿਆਂ ਦਾ ਤਾਂ ਆਪਣਾ ਉਹੀ ਚੱਲੀ ਜਾਂਦਾ ਬਈ ਕੰਮ ਕਰ। ਖੈਰ ਖੇਤੀ ਦੇ ਤਾਂ ਆਪਾਂ ਆਪ ਹੀ ਰਾਜੇ ਹੁੰਦੇ ਹਾਂ ਅਤੇ ਆਪਦੀ ਮਰਜ਼ੀ ਹੁੰਦੀ ਆ। ਅਤੇ ਧੁੱਪ ਚੜ੍ਹੀ ਤੋਂ ਵਗ ਜਾਂਗੇ, ਲੇਟ ਫੇਟ ਵਗ ਜਾਂਗੇ, ਉੱਥੇ ਕਿਹੜਾ ਕੋਈ ਬੋਸ ਬੈਠਾ ਹੁੰਦਾ ਖੇਤ, ਆਪਣਾ ਆਪ ਹੀ ਬੋਸ ਹੁੰਦੇ ਹਾਂਗੇ। ਖੈਰ ਧੰਨਵਾਦ ਬਾਈ, ਵੀਡੀਓ 'ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ। ਬਲੌਗ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਵਧੀਆ ਲੱਗਣ ਵਾਲਾ, ਇਸ ਗੱਲ ਦੀ ਗਰੰਟੀ। ਪਹਿਲੀਆਂ ਦਿਨਾਂ ਤਾਂ ਲਾਈਕ ਵੀ ਪਹਿਲੀਆਂ ਜੀ ਕਰ ਦਿਓ, ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ, ਫੇਸਬੁੱਕ 'ਤੇ ਦੇਖ ਲਓ ਤਾਂ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ। ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ, ਗਾਲ ਗੱਪੇ ਤੋਂ ਰਹਿਤ, ਸਾਰੀ ਗੱਲਬਾਤ ਕਰਦੇ ਰਹਿਣਾ ਸਾਂਝੀ ਤੁਹਾਡੇ ਨਾਲ, ਜਿਹੜੀ ਤੁਸੀਂ ਘਰ ਪਰਿਵਾਰ 'ਚ ਬੈਠ ਕੇ ਦੇਖ ਸਕਦੇ ਹੋ। ਅਤੇ ਰੂੜੀਆਂ ਪਾਥੀਆਂ ਮੱਥੇ ਲਾਉਂਦੇ ਰਹਿਣੇ, ਜਿਹੜੀਆਂ ਪਿੰਡਾਂ ਦਾ ਸ਼ਿੰਗਾਰ ਹੁੰਦੀਆਂ ਨੇ। ਅਤੇ ਧੰਨਵਾਦ ਅੰਦਰਲੇ ਬਾਹਰਲੇ ਵੀਰਾਂ ਭੈਣਾਂ ਦਾ ਸਾਰਿਆਂ ਦਾ। ਅਤੇ ਕਹਿ ਰਿਹਾ ਇੰਨੀ ਕੀ ਬਾਟ ਆ ਮੇਰੀ ਜਿੰਮ ਤੋਂ, ਬਸ ਇੰਨੀ ਕੀ ਗੱਲਬਾਤ ਕਰਦਾ ਕਰਦਾ ਮੈਂ ਘਰ ਪਹੁੰਚ ਗਿਆ ਜੀ। ਅਤੇ ਹਰੇ ਹੋਰਿਆਂ ਨੇ ਕੀਤਾ ਸਵਾਗਤ ਮੇਰਾ, ਗਈ ਮਾਤਾ ਬਾਹਰ ਬੈਠੀ ਅੱਜ। ਮੰਮੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਮੱਝੇ, ਸਤਿ ਸ਼੍ਰੀ ਅਕਾਲ। ਅੱਜ ਕੋਟ ਬਦਲਾ ਕੇ ਪਾ ਰੱਖਿਆ ਚਿੱਟਾ ਕ ਮੱਝ ਨੇ ਤਾਂ, ਹੈਨਾ ਗਾਂ ਦੇ ਡੱਬੀਆਂ ਵਾਲਾ। ਬਾਕੀ ਕਰਦੇ ਆਪਣੀ ਦਿਨ ਚਾਰਿਆ ਪ੍ਰਸ਼ਾਦਾ ਪਾਣੀ ਖਾ ਕੇ ਸ਼ੁਰੂ ਤੇ ਅਗਲਾ ਕੰਮ ਕਰ। ਸਤਿ ਸ਼੍ਰੀ ਅਕਾਲ ਬਾਪੇ, ਸਤਿ ਸ਼੍ਰੀ ਅਕਾਲ ਜੀ ਬਾਪੇ। ਚੁੱਲੇ ਮੂਰੇ ਸੇਕਦੇ ਹੋਏ ਅੱਗਾਂ, ਤੇ ਖੈਰ ਥੋੜੀ ਰੈਸਟ ਕਰਦੇ ਫਿਰ ਦੇਖਦੇ। ਦੇਖੀ ਦੇਖੀ ਮੰਮੀ ਦੇਖੀ ਦੇਖ ਦੇਖ ਇਹ ਛਾਲਾਂ ਪਤਾ ਕਾਹਤੋਂ ਮਾਰੀ ਜਾਂਦੀਆਂ, ਆਹ ਲੇਟੀ ਕਰਕੇ, ਇਹਦੇ ਕਰਕੇ। ਇਹਨਾਂ ਨੂੰ ਇਸ ਵੇਲੇ ਤਾਂ ਕਾਹਲ ਰਹਿੰਦੀ ਹੈ ਕਿਹੜੇ ਵੇਲੇ ਮਿਲ ਜੇ। ਗਾਂ ਨੂੰ ਵੀ ਮੰਮੀ ਖੋਲ ਲਈ ਤੇ ਬੰਨ ਦੇਣਾ, ਹੋਰ ਦੇਖ ਕਿਹੜਾ ਬੰਨ ਰੱਖਿਆ। ਲੇਟੀ ਜਿਹਨੂੰ ਦਲੀਆ ਕਹਿੰਦੇ ਆ, ਤੇ ਵਿੱਚ ਬੜੇ ਮੈਂ ਦੀ ਖਾਲ। ਤੇ ਤੁਸੀਂ ਕਹੋਗੇ ਰੋਜ਼ ਹੀ ਦੱਸ ਦਿੰਦਾ, ਦੂਜੇ ਤੀਜੇ ਦਿਨ ਕਈ ਵੀਰ ਕੋਈ ਨਵਾਂ ਵੀਰ ਆ ਜਾਂਦਾ, ਫਿਰ ਪੁੱਛ ਲੈਂਦਾ ਕੋਈ ਨਾ ਕੋਈ। ਤੇ ਜਿਹਨੂੰ 2.5-2.25 ਘੰਟੇ ਭਿਉਂ ਲੈਂਦੇ ਆ ਤੇ ਖਵਾ ਦਿੰਦੇ ਆ। ਤੇ ਡੱਬਿਆਂ ਵਾਲਾ ਪਾਇਆ ਹੋਇਆ ਕੋਟ ਆ। ਹਾਂਜੀ ਹਾਂ, ਇਹਨੂੰ ਰੱਖਦਾ ਅੰਦਰਲੀ ਮੱਝ ਨੂੰ ਮੰਮੀ, ਅੰਦਰਲੀ ਮੱਝ ਨੂੰ ਰੱਖਦਾ, ਠੀਕ ਹੈ। ਗੱਗੂ ਨੌਜਵਾਨ ਵੱਲੋਂ ਆਰਡਰ ਲੱਗ ਗਿਆ ਭਾਈ, ਕਹਿੰਦਾ ਮੇਰਾ ਪੀਣਾ ਪਿਹਾ ਲਿਆ ਫੀਡ ਫੈਕਟਰੀ 'ਤੇ ਜਾ ਕੇ, ਅਤੇ ਕਹਿੰਦਾ ਉੱਧਰ ਮਿਸਤਰੀ ਲੱਗਿਆ ਹੋਇਆ। ਅਤੇ ਫਿਰ ਕੰਮ ਜਦੋਂ ਸਾਂਝਾ ਕਰਦੇ ਹਾਂ ਤਾਂ ਕਿਉਂ ਨਾ ਫਿਰ ਆੜੀ ਪਕਾਈਏ, ਚਲੋ ਫਿਰ ਫੀਡ ਫੈਕਟਰੀ 'ਤੇ ਜਾਈਏ। ਹਾਂਜੀ ਭਾਈ ਸਾਹਿਬ, ਸਕੂਲ ਨਹੀਂ ਗਏ ਅੱਜ?
ਇੱਧਰ ਆਓ ਇੱਧਰ, ਉਰੇ ਆਓ ਉਰੇ ਆਓ, ਸਕੂਲ ਨਹੀਂ ਗਏ ਅੱਜ? ਨਾ ਸਹਿਜ, ਉਰੇ ਆ, ਛੁੱਟੀ ਕਾਹਦੀ ਆ? ਇੱਥੇ ਆ ਕੇ ਦੱਸ ਕੇ ਜਾ, ਜਾਨਾ ਮੰਮੀ ਤੂੰ ਕੀ ਮੰਗਾਉਣਾ ਹੁਣ ਘਰੇ? ਦੇਸਾਂ ਦਾ ਸਮਾਨ ਪਿਆ ਉਹ ਖਾ ਲਾ, ਕੀ ਲਿਆ ਕੇ ਦੇਣਾ? ਸਕੂਲ ਗਈ ਚੰਗੇ, ਕੱਲ੍ਹ ਨੂੰ ਲੱਗੂ ਪਤਾ, ਕੱਲ੍ਹ ਨੂੰ ਲੱਗੂ ਪਤਾ, ਤੜਕੀ ਵੈਨ ਚੜਾ ਦੇਣਗੇ ਟਾਈਮ ਨਾਲ ਹੀ। ਇਹ ਕੀ ਹੈਗਾ? ਤਾਂ ਜਾ ਕੇ ਗੱਡੀ ਲੈ ਕੇ ਝੂਟਾ ਲੈਣਾ। ਤਿੱਧਰ ਨੌਜਵਾਨ ਨੇ ਸਫਾਈ ਅਭਿਆਨ ਚਲਾ ਲਿਆ, ਕਹਿੰਦੇ ਮਾਤਾ ਕਹਿੰਦੇ ਲੱਕੜੀਆਂ ਚੱਕੋ ਅਤੇ ਪਰੇ ਰੱਖੋ ਅਤੇ ਸਾਫ਼ ਸਫਾਈਆਂ ਕਰੋ, ਸਹਿਜ ਕੰਮ ਕਰਾਓ ਬੇਟੇ। ਹੈਂ ਰੂੰ ਕਹਿ ਦਿੰਦੀ ਆ ਮੈਂ, ਡਲੇ ਚੱਕਣੇ ਡਲੇ ਚੱਕਣੇ, ਚੱਕ ਡਲੇ ਲਿਬੜੇ ਹੋਏ ਚੱਕ। ਉਹ ਤਾਂ ਕੀ ਬੋਲੀ ਜਾਂਦਾ ਸਹਿਜ ਉਹ ਤਾਂ? ਹਾਂ ਕੁਛ ਬੋਲ ਦੋ ਬਲਾਗ ਵਿਚ, ਸਤਿ ਸ਼੍ਰੀ ਅਕਾਲ ਬੋਲ ਦੋ ਬਾਪੂ, ਤੁਸੀਂ ਵੀ ਬੋਲੋ ਸਤਿ ਸ਼੍ਰੀ ਅਕਾਲ। ਹੈਪੀ ਬਰਥਡੇ ਟੂ ਟੂ, ਹੈਪੀ ਬਰਥਡੇ ਟੂ ਟੂ, ਸਾਰੇ ਬੋਲੋ ਹੈਪੀ ਬਰਥਡੇ, ਸਾਰੇ ਹੁਣ ਕਰ ਕੀਦਾ ਹੈਪੀ ਬਰਥਡੇ, ਸਾਰੇ ਬੋਲੋ ਹੈਪੀ ਬਰਥਡੇ ਟੂ ਟੂ ਟੂ, ਸਾਰੇ ਬੋਲੋ ਹੈਪੀ ਬਰਥਡੇ ਟੂ 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 ਟੂ। ਤੇ ਸਫਾਈ ਅਭਿਆਨ ਦੇਖਣ ਭਾਈ ਭਾਰੀ ਗਿਣਤੀ 'ਚ ਦਰਸ਼ਕ ਪਹੁੰਚੇ ਹੋਏ ਨੇਗੇ, ਤੇ ਵੱਡਾ ਦਰਸ਼ਕ ਤਾਜ ਸਿੰਘ ਜੀ ਜਿਹੜਾ ਤੁਹਾਨੂੰ ਅੱਜ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾਊਗਾ ਕਾਹਦੇ। ਥਾਪੀ ਕਿਉਂ ਮਾਰਦਾ ਹੁੰਦਾ ਸੀ ਉਹ? ਇੱਕ ਥਾਪੀ ਮਾਰ, ਇੱਕ ਇਕੱਲੇ ਹੱਥ ਨਾਲ ਪੁੱਤਰੀ ਉੱਧਰ ਖੜ ਪਰੇ ਜਾ ਕੇ। ਚੈੱਕ ਤੂੰ ਹੀ ਪਾਤੀ, ਸੇਕ ਲੋ ਆ ਸਾਰਾ ਕੁਛ ਮਚਾ ਦੇ ਯਾਰ। ਭਰੇ ਪਏ ਗੱਟੇ, ਗੱਟੇ ਭਰੇ ਪਏ, ਚੱਲ ਕੋਈ ਨਾ ਮਗਰ ਪੈ ਜੀ ਤੁਹਾਡੇ ਉਹ ਅਗਲਾ ਗੱਟੇ ਧਰਾਉਣਾ ਚੱਲ ਗਏ। ਸਮਾਂ ਬਹੁਤ ਹੋ ਗਿਆ, ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ, ਕੀ ਹਾਲ ਆ ਮਿਸਤਰੀ? ਕੌਣ ਗੱਗੂ?
ਗੱਗੂ ਤਾਂ ਪ੍ਰੋ ਬੰਦਾ ਪ੍ਰੋ, ਉਹ ਦੇਖੀ ਓਏ ਹਾਰਨ ਤਾਂ ਮਾਰਦੇ ਕਰੇ ਯਾਰ। ਤਾਰਾਂ ਟੁੱਟੀਆਂ ਪਈਆਂ, ਤਾਰਾਂ ਅੱਛਾ ਠੀਕ ਹੈ, ਬੈਟਰੀ ਖਤਮ ਲੱਗਦੀ ਮੈਨੂੰ ਤਾਂ ਠੀਕ ਹੈ ਸੱਜਣਾ ਠੀਕ ਹੈ। ਇੱਧਰਲਾ ਪਾਸਾ ਤਾਂ ਕਰਿਆ ਨੀ, ਖੁਸ਼ਕਾ ਲੋਟਾ ਕੀ ਆ ਯਾਰ, ਛੋਟੀਆਂ ਵੀਡੀਓ ਮੈਨੂੰ ਲੱਗਦਾ ਵੱਧ ਚੱਲਿਆ ਕਰਨੀਆਂ ਨਾ, ਮਿਸਤਰੀਆ ਕਿਉਂ ਕੀ ਕਹਿੰਦੇ ਇਹ, ਤੰਗ ਤਾਂ ਨੀ ਕਰਦੇ ਤੈਨੂੰ, ਪਰ ਤੇਰੇ ਨਾਲ ਗੋਰੀ ਹੁੰਦਾ ਹਨਾ, ਗੋਰੀ ਹੁੰਦਾ ਹੋਇਆ ਹਾਂ, ਗੋਰੀ ਹੈ ਹਾਂ, ਗੋਰੀ ਤਾਂ ਸਾਡਾ ਨਾਲ ਰਲ ਗਿਆ, ਖਰੀਦ ਲਓ ਮਿਸਤਰੀ ਨੂੰ ਬਸ, ਚਲੋ ਕੱਟੇ ਤਰਾਓ ਮੇਰੇ ਨਾਲ, ਚੱਲ ਬਸ ਕੋਈ ਨਾ, ਵੈਰੀ ਗੁੱਡ, ਜਾਣਾ ਕੇ ਕੀ ਮੈਂ ਜੀ ਕਰਦਾ ਓਏ ਤੇਰਾ ਜੀ ਕਰਦਾ ਕਿ ਤੂੰ ਬਸ ਚੱਲ ਦੇਖ ਲਾ ਚੰਗਾ, ਮੈਨੂੰ ਪਤਾ ਹੀ ਸੀ ਐਂ ਆਖੇਗਾ, ਕਹਿੰਦਾ ਦੋ ਦਿਨ ਤਾਂ ਹੋਇਆ ਨੌਜਵਾਨ, ਕਹਿੰਦਾ ਤੈਨੂੰ ਆਟਾ ਪੈ ਗਿਆ, ਇਹਨੂੰ ਇਹ ਗੱਗੂ ਚੋਪਰ ਦਾ ਆਟਾ ਗਾ, ਹਾਂ ਇੱਕ ਆਟੇ ਦਾ ਕਰਦੇ, ਇੱਕ ਲਿੱਟੀ ਦਾ ਕਰਦਾਂਗੇ, ਦਾਣਾ ਕਰ ਦਾਂਗੇ, ਦੇਖਦੇ ਹਾਂ ਬਣਾ ਲਾਂਗੇ ਸਲਾਹ ਜੀ, ਪੰਜ ਘੱਟੇ ਆ ਲੈ ਮਿੱਤਰ, ਗੋਲੀ ਮਾਰੋ ਇਹੋ ਜੇ, ਸਾਰੇ ਜ਼ੋਰ ਲੱਗ ਗਿਆ ਓਏ, ਹੋਰ ਕਈ ਵੀਰ ਪੁੱਛ ਦਿੰਦੇ ਬਾਈ ਡੌਗੀ ਕਿਵੇਂ ਆ, ਸਹਿਜ ਦਾ ਡੌਗੀ ਆ ਫਿਰਦਾ ਵਿਚਾਰਾ,
ਤੇ ਰੁੜ ਰੁੜ ਕੇ ਖਿਸੜਕੇ ਖਿਸੜਕੇ ਹੌਲੀ ਹੌਲੀ ਬਿੱਲੇ ਕੋਲੇ ਆਇਆ, ਗੱਟੇ ਕੋਲੇ ਗੱਟੀ ਕੋਲੇ ਆਇਆ ਤੇ ਇੱਥੇ ਇਹਨਾਂ ਕੋਲੇ ਖੇਡਦਾ ਹੁੰਦਾ ਸੀ ਰੋਜ਼। ਅੱਜ ਕਈ ਦਿਨਾਂ ਬਾਅਦ ਆਇਆ ਵਿਚਾਰਾ, ਖੁੱਲ੍ਹਾ ਛੱਡਤਾ ਉੱਥੇ ਵੀਰ, ਖਿਸੜਦਾ ਫਿਰਦਾ ਰਹਿੰਦਾ। ਅੱਛਾ ਆਪੇ ਖੁੱਲ੍ਹ ਗਿਆ, ਠੀਕ ਹੈ ਜੀ ਪੁੱਤਰ। ਕੀ ਆਉਣ ਸਾਰ ਬਿੱਲੇ ਕੋਲੇ ਬਹਿ ਗਿਆ ਮੰਮੀ ਹੈ ਨਾ ਇਹਦੇ। ਉਹ ਇਹ ਸੋਚ ਰਹੇ ਸੀ ਬਈ ਇਹਦੇ ਪਿਛਲੇ ਮਤਲਬ ਪੈਰਾਂ 'ਤੇ ਟਾਇਰ ਜੇ ਲਵਾ ਦਈਏ, ਅਤੇ ਸਰਸੇ ਡਾਕਟਰ ਹੈਗਾ ਕਹਿੰਦੇ ਸੀ, ਸਹਿਜ ਦਾ ਮਾਮਾ ਕਹਿੰਦਾ ਸੀ ਉਹਨਾਂ ਨਾਲ ਕਰਦੇ ਹਾਂ ਗੱਲ, ਅਤੇ ਫਿਰ ਦੇਖਦੇ ਹਾਂ। ਹਾਂ ਵੀ ਅੜੀ, ਹੈਲੋ ਹੈਲੋ ਹੈਲੋ, ਠੀਕ ਆ ਭਾਈ। ਤੇ ਨਿਭਾਈ ਜਾਂਦਾ ਬਿੱਲਾ ਵੀ ਆਪਦੀ ਦੋਸਤੀ ਕੱਟੀ ਦੇ ਨਾਲ, ਅਤੇ ਫਿਰ ਸਮਾਂ ਹੁੰਦਾ ਜਿਮ ਨੂੰ ਜਾਣ ਦਾ ਅਤੇ ਨਾਲ ਹੀ ਨਵੀਂ ਕੋਈ ਬਾਤ ਪਾਉਣ ਦਾ। ਅਤੇ ਕੱਲ੍ਹ ਜਿਹੜੀ ਬਾਤ ਪਾਈ ਸੀਗੀ ਉਹ ਸੀਗੀ, ਪੇਟ ਮੇਂ ਉਂਗਲੀ ਸਿਰ ਪਰ ਪੱਥਰ ਜਲਦੀ ਬਿਤਾਓ ਇਸਕਾ ਉੱਤਰ। ਅਤੇ ਇਹਦਾ ਸਹੀ ਉੱਤਰ ਸੀਗਾ ਅੰਗੂਠੀ। ਅਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਬਾਤ ਦਾ ਉੱਤਰ ਦਿੱਤਾ ਤਹਿ ਦਿਲ ਤੋਂ ਧੰਨਵਾਦ ਉਹਨਾਂ ਸਾਰਿਆਂ ਦਾ, ਅਤੇ ਬਾਕੀ ਜਿਨ੍ਹਾਂ ਨੇ ਵੀ ਕਮੈਂਟ ਕਰੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਅਤੇ ਸਵੇਰੇ ਆਪਾਂ ਗੱਲ ਕਰਦੇ ਸੀਗੇ ਜਿਵੇਂ ਵੇਟ ਵਧਾਉਣਾ ਵੀ ਨਹੀਂ ਔਖਾ, ਘਟਾਉਣਾ ਵੀ ਨਹੀਂ ਔਖਾ। ਹਾਂ 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 ਬੈਠੇ ਰਹੋ ਕੋਈ ਨਾ, ਅਤੇ ਉਹ ਗੱਲ ਆਪਾਂ ਕਦੇ ਕਿਸੇ ਦਿਨ ਖੁੱਲ੍ਹ ਕੇ ਕਰਾਂ। ਕਈ ਵੀਰ ਪੁੱਛਦੇ ਹੁੰਦੇ ਆ ਕਿ ਬਈ ਵੇਟ ਕਿਵੇਂ ਘਟਾਈਏ ਜਾਂ ਕਿਵੇਂ ਵਧਾਈਏ, ਬਈ ਆਵਲਾ ਸਾਵਲਾ ਖਾਣ ਦੀ ਕਿਸੇ ਦੀ ਲੋੜ ਨਹੀਂ, ਜੇ ਪ੍ਰੋਟੀਨ ਜਾਂ ਬਹੁਤ ਗੇਨਰ। ਅੱਜ ਤੱਕ ਕਦੇ ਕੋਈ ਗੇਨਰ ਨਹੀਂ ਲਿਆ, ਮੇਰਾ 52 ਕਿਲੋ ਵੇਟ ਹੁੰਦਾ ਸੀਗਾ, ਮੈਂ 35 ਕਿਲੋ ਭਾਰ ਆਪਦਾ ਗੇਨ ਕਰਿਆ ਹੋਇਆ ਗਾ। ਆਹ ਦੋਨੇ ਫੋਟੋਆਂ ਲਾ ਦਿੰਦਾ, ਖੱਬੇ ਪਾਸੇ ਵਾਲੀ ਪਹਿਲਾਂ ਦੀ ਫੋਟੋ, ਸੱਜੇ ਪਾਸੇ ਵਾਲੀ ਮੇਰੀ ਮਤਲਬ ਮੰਨ ਲਓ ਹੋਣ ਵਾਲੇ ਵੇਟ ਦੀ ਫੋਟੋ ਹੈਗੀ। ਅਤੇ 35 ਕਿਲੋ ਭਾਰ, ਕੋਈ ਵੀ ਆਵਲਾ ਸਾਵਲਾ ਕੁਛ ਵੀ ਨਹੀਂ ਖਾਧਾ, ਬਸ ਆਪਦੀ ਦੇਸੀ ਡਾਇਟ ਜਿਹਦੇ 'ਚ ਮੈਂ ਛੋਲੇ, ਕੱਚੀ ਮੂੰਗਫਲੀ ਗਿਰੀ, ਬਦਾਮ, ਦਾਖਾਂ ਅਤੇ ਥੋੜ੍ਹੀ ਜਿਹੀ ਹਰੀ ਮੂੰਗੀ ਪਾ ਕੇ ਭਿਉਂ ਲੈਂਦਾ ਸੀ, ਦੋ ਟਾਈਮ ਤਿੰਨ ਟਾਈਮ ਕਦੋਂ ਵੀ ਇਹ ਖਾ ਲੈਂਦਾ ਸੀਗਾ। ਅਤੇ ਖੇਤ ਲੈ ਜਾਂਦਾ ਹੁੰਦਾ ਸੀ ਨਾਲ ਬੰਨ ਕੇ, ਮਤਲਬ ਮੈਂ ਕਹਿ ਦਿੰਦਾ ਦੁਪਹਿਰ ਦੀ ਰੋਟੀ ਨਾ ਪਾਇਓ ਮੇਰੀ ਖੇਤ, ਅਤੇ ਜਦੋਂ ਆਪਣੇ ਕੋਲ ਰੋਟੀ ਨਾ ਹੋਈ ਤਾਂ ਪਹਿਰੇ ਜਾਂਦਾ, ਕਈ ਵਾਰੀ ਮਨ ਨਹੀਂ ਕਰਦਾ ਹੁੰਦਾ ਇਹੋ ਚੀਜ਼ ਖਾਣ ਨੂੰ, ਨਾ ਮਨ ਅੱਕ ਜਾਂਦਾ। ਅਤੇ ਜਿਵੇਂ ਡਾਕਟਰ ਕਹਿੰਦੇ ਜਾਂ ਸਿਆਣੇ ਕਹਿੰਦੇ, ਜਿਹੜੀ ਚੀਜ਼ ਆਪਾਂ ਸਵਾਦਿਸ਼ਟ ਲੱਗਦੀ ਆ ਬਹੁਤ ਜ਼ਿਆਦਾ, ਉਹ ਆਪਣੇ ਵਾਸਤੇ ਫਾਇਦੇਮੰਦ ਨਹੀਂ ਹੁੰਦੀਗੀ। ਅਤੇ ਇਹ ਚੀਜ਼ਾਂ ਸਵਾਦ ਤਾਂ ਘੱਟ ਲੱਗਦੀਆਂ, ਛੋਲੇ ਵਗੈਰਾ ਇਹ, ਅਤੇ ਵਿੱਚ ਦਾਖਾਂ ਦੁੱਖਾਂ ਹੁੰਦੀਆਂ, ਖੈਰ ਉਹ ਤਾਂ ਥੋੜ੍ਹਾ ਜਿਹਾ ਇਹ ਮਿਕਸ ਜਿਹੇ ਹੋ ਕੇ ਤਾਂ ਸਵਾਦ ਲੱਗ ਜਾਂਦੇ ਆ। ਅਤੇ ਮੈਂ ਖੇਤ ਲੈ ਜਾਂਦਾ ਸੀ ਜਦੋਂ ਰੋਟੀ ਨਹੀਂ ਹੁੰਦੀ ਸੀ ਖਾਣ ਨੂੰ, ਅਤੇ ਫਿਰ ਉਦੋਂ ਹੀ ਮੈਨੂੰ ਭਾਈ ਆਪਦੇ ਇਹ ਖਾਣੇ ਪੈਂਦੇ ਸੀਗੇ, ਜਿਹੜੀਆਂ ਚੀਜ਼ਾਂ ਇਹ ਸੋਰਸ ਲੈ ਕੇ ਗਿਆ ਹੁੰਦਾ ਸੀ। ਦਲੀਆ ਮੈਂ ਗੇਨ ਕਰਨਾ ਹੁੰਦਾ ਸੀ ਤਾਂ ਮੈਂ ਸੇਵੀਆਂ ਵੀ, ਇੱਕ ਦਿਨ ਦਲੀਆ ਇੱਕ ਦਿਨ ਸੇਵੀਆਂ ਐਂ ਖਾਂਦਾ ਰਹਿੰਦਾ ਸੀ, ਹੁਣ ਤਾਂ ਕਦੇ ਖਾ ਲਏ ਕਦੇ ਨਾ, ਬਸ ਰੋਟੀਆਂ ਇਹ 'ਤੇ ਕੰਮ ਚੱਲਦਾ ਹੀ ਸਮਝ ਲਓ। ਅਤੇ ਦੂਜੀ ਗੱਲ ਘਟਾਉਣ ਦੀ, ਘਟਾਉਣਾ ਵੀ ਔਖਾ ਨਹੀਂ ਬਾਈ, ਤੁਸੀਂ ਕਾਰਡੀਓ ਦੀ ਐਕਸਰਸਾਈਜ਼ ਕੋਈ ਵੀ ਚੱਕ ਲਓ, ਯੂਟਿਊਬ ਤੋਂ ਸਰਚ ਕਰ ਲਓ ਅਤੇ ਉਹਨਾਂ 'ਤੇ ਕੰਮ ਕਰੋ। ਸਵੇਰੇ ਖਾਲੀ ਪੇਟ ਬਲੈਕ ਕੌਫੀ ਪੀ ਕੇ, ਖਾਲੀ ਪੇਟ ਐਂ ਕਹਿੰਦੇ ਹੁੰਦੇ ਹੈਗੇ ਕਿ ਮਤਲਬ ਸਵੇਰੇ ਆਪਣਾ ਜਦੋਂ ਉੱਠਦੇ ਹਾਂ ਆਪਣਾ ਸ਼ੂਗਰ ਲੈਵਲ ਬਿਲਕੁਲ ਲੋ ਹੁੰਦਾ ਗਾ ਬੋਡੀ ਦਾ, ਅਤੇ ਉਦੋਂ ਜੇ ਆਪਾਂ ਕੋਈ ਕੰਮ ਕਰਦੇ ਹਾਂ ਜਾਂ ਆਪਾਂ ਵਰਕਆਊਟ ਕਰਦੇ ਹਾਂ ਜਾਂ ਕਾਰਡੀਓ ਕਰਦੇ ਹਾਂ ਕੁਛ ਵੀ ਕਰਦੇ ਹਾਂ, ਅਤੇ ਆਪਣੀ ਬੋਡੀ ਫੈਟ ਬਰਨ ਜ਼ੋਨ 'ਚ ਜ਼ਿਆਦਾ ਜਾਂਦੀ ਆ, ਮਤਲਬ ਉਦੋਂ ਜ਼ਿਆਦਾ ਫੈਟ ਘਟਾਉਂਦੀ ਆ ਸਵੇਰੇ ਨਿਰਣੇ ਕਾਰਜੇ। ਅਤੇ ਕਈ ਵੀਰ ਕਹਿ ਜਾਂਦੇ ਬਈ ਅਸੀਂ ਤਾਂ ਦੁੱਧ ਪੀ ਕੇ ਆਏ ਹਾਂ, ਫਿੱਕੀ ਚਾਹ ਪੀ ਕੇ ਆਏ ਜਾਂ ਕੁਛ ਵੀ, ਅਤੇ ਬਈ ਜਦੋਂ ਵੀ ਮਤਲਬ ਭਾਵੇਂ ਤੁਸੀਂ ਰੋਟੀ ਦੀ ਬੁਰਕੀ ਇਕੱਲੀ ਖਾ ਲਈ ਅਤੇ ਸ਼ੂਗਰ ਲੈਵਲ ਉਹਦੇ ਨਾਲ ਹੀ ਉਹਦੀ ਅਪ ਹੋਣਾ ਸ਼ੁਰੂ ਹੋ ਜਾਂਦਾ ਗਾ, ਤਾਂ ਤੁਸੀਂ ਬਲੈਕ ਕੌਫੀ ਗਰਮ ਪਾਣੀ 'ਚ ਥੋੜ੍ਹੀ ਕੋਸੇ ਜਿਹੇ ਪਾਣੀ 'ਚ ਪੀ ਸਕਦੇ ਹਾਂ, ਨਾਲੇ ਆਪਾਂ ਨੂੰ ਐਨਰਜੀ ਦਿੰਦੇ ਆ, ਫੈਟ ਘਟਾਊ ਸੌਦਾ ਉਹ ਵੀ ਵਧੀਆ, ਠੀਕ ਆ ਵਧੀਆ ਆਪਾਂ ਨੂੰ, ਕਈ ਬਹੁਤ ਸਾਰੇ ਫਾਇਦੇ ਆ ਕੌਫੀ ਦੇ, ਤੁਸੀਂ ਇੰਟਰਨੈੱਟ 'ਤੇ ਉਹ ਵੀ ਸਰਚ ਕਰ ਸਕਦੇ ਹੈਗੇ। ਅਤੇ ਬਸ ਇਹੀ ਆ, ਥੋੜ੍ਹਾ ਜਿਹਾ ਖਾਣੇ ਤੋਂ ਗੈਪ ਦਿਆ ਕਰੋ, ਵਧਾਉਣਾ ਤਾਂ ਆਪਦਾ ਵੀ ਉਹ ਹਿਸਾਬ ਨਾਲ ਡਾਇਟ ਬੰਦਾ ਟਾਈਮ ਟੂ ਟਾਈਮ ਖਾਂਦਾ ਰਹੇ, ਜਿਹਨੇ ਵੇਟ ਵਧਾਉਣਾ ਉਹ
ਆਪਦਾ ਵਰਕਆਊਟ ਕਰੋ, ਕੰਮ ਕਰੋ, ਨਾਲ ਦੀ ਨਾਲ ਤੋਂ 10-15 ਮਿੰਟਾਂ ਬਾਅਦ ਖਾਓ ਅਤੇ ਪ੍ਰੋਟੀਨਾਂ ਪ੍ਰੋਟੂਨਾਂ ਦੇ ਪਿੱਛੇ ਨਾ ਜਾਓ, ਅਤੇ ਇਹ ਚੀਜ਼ਾਂ ਤੋਂ ਆਪਾਂ ਨੂੰ ਚੰਗਾ ਪ੍ਰੋਟੀਨ ਮਿਲ ਜਾਂਦਾ। 2 ਟਾਈਮ ਆਪਦਾ ਸ਼ੇਕ ਪੀ ਲਓ, ਅਤੇ ਸ਼ੇਕ ਨਹੀਂ ਬਣਦਾ ਤਾਂ ਕੇਲੇ ਖਾ ਲਓ, ਅਤੇ ਨਾਲ ਦੁੱਧ ਦਾ ਗਲਾਸ ਪੀ ਲਓ, ਜੇ ਦੁੱਧ ਨਹੀਂ ਹੈਗਾ ਤਾਂ ਇਕੱਲੇ ਕੇਲੇ ਵੀ ਸਹੀ ਹੈਗੀ। ਅਤੇ ਬਾਕੀ ਬਸ ਇਹ ਬਸ ਸਿੰਪਲ ਜਿਹਾ ਹਿਸਾਬ ਕਿਤਾਬ ਹੁੰਦਾ, ਬਸ ਆਪਦਾ ਸਿੰਪਲ ਰਹੋ, ਜੈਨੂਅਨ ਰਹੋ। ਅਤੇ ਕਈ ਵਾਰੀ ਵੀਰ ਕਹਿ ਦਿੰਦੇ ਨਵੇਂ ਪਹਿਲੇ ਦਿਨ ਹੀ ਆਉਂਦੇ ਬਈ ਅਸੀਂ ਪ੍ਰੋਟੀਨ ਕਿਹੜਾ ਲਈਏ, ਮੈਂ ਕੋਈ ਫਾਇਦਾ ਨਹੀਂ, ਕੋਈ ਨਾ ਲਓ। ਅਤੇ ਕਹਿੰਦੇ ਕਿਉਂ ਬਈ, ਮੈਂ ਕਿਹਾ ਤੁਸੀਂ ਡੀਮੋਟੀਵੇਟ ਹੋ ਜਾਓਗੇ। ਫਿਰ ਉਹ ਕਹਿੰਦੇ ਕਿਵੇਂ, ਮੈਂ ਕਿਹਾ ਤੁਸੀਂ ਮਹੀਨੇ ਦਾ 5000 ਰੁਪਇਆ ਲਾ ਦੋਗੇ ਅਤੇ ਫਿਰ ਤੁਹਾਨੂੰ ਐਂ ਲੱਗੂਗਾ, ਪ੍ਰੋਟੀਨ ਪ੍ਰੋਟੂਨ ਲੈ ਕੇ ਜਿੰਮ ਦੀ ਫੀਸ ਭਰ ਕੇ 5000 ਰੁਪਇਆ ਲਾ ਦੋਗੇ ਅਤੇ ਫਿਰ ਤੁਹਾਨੂੰ ਇਹ ਲੱਗੂਗਾ ਬਈ ਸਾਡਾ ਸਰੀਰ ਤਾਂ ਬਣਿਆ ਨਹੀਂ ਗਾ, ਅਤੇ ਨਾ ਘਰਦਿਆਂ ਤੋਂ ਦੁਬਾਰੇ ਪੈਸੇ ਮਿਲਣੇ, ਤੁਸੀਂ 1 ਮਹੀਨੇ 'ਚ ਬਸ ਪੈਸੇ ਲਾ ਕੇ ਖੁੰਗਲੋਗੇ, ਘਰੇ ਬੈਠ ਜਾਣਾ। ਅਤੇ ਬਾਕੀ ਗੱਲਾਂ ਬਾਤਾਂ ਖੁੱਲ੍ਹ ਕੇ ਕਰਾਂਗੇ ਜਿਸ ਦਿਨ ਮਨ ਜਾ ਬਣ ਗਿਆ ਪੂਰਾ 100%, ਉਸ ਦਿਨ ਤੁਹਾਨੂੰ ਨਾਲ ਨਾਲ ਕਾਰਡੀ ਵਾਲੀ ਐਕਸਰਸਾਈਜ਼ਾਂ ਵੀ ਕਰਕੇ ਦਿਖਾ ਦਾਂਗੇ। ਅਤੇ ਮਾਤਾ ਸ਼੍ਰੀ ਤਿਆਰ ਨੇ ਨਵੀਂ ਬਾਤ ਪਾਉਣ ਵਾਸਤੇ। ਤਾਰਾਂ ਦਾ ਟਾਈਮ ਹੋ ਗਿਆ ਮਾਤਾ ਦਾ, ਠੀਕ ਹੈ ਮਾਤਾ, ਧੰਨਵਾਦ। ਤੇ ਮੈਂ ਵੀ ਚੱਲ ਦਾਂਗਾ। ਤੇ ਗੱਲ ਇਹ ਅੱਜ ਬਲੌਗ ਘੱਟ ਬਣਿਆ, ਕਈ ਵਾਰੀ ਕੰਮ ਦਾ ਹਿਸਾਬ ਕਿਤਾਬ ਜਿਹਾ ਹੁੰਦਾ, ਕਈ ਵਾਰੀ ਮਨ ਵੀ ਥੋੜ੍ਹਾ ਜਿਹਾ ਕਦੇ ਕਦੇ ਲੱਗਦਾ ਛੱਡ ਯਾਰ ਰਹਿਣ ਦੇ ਕੀ ਬਣਾਵਾਂਗੇ, ਅਤੇ ਉਹੋ ਜਿਹੀ ਗੱਲਬਾਤ ਹੋ ਜਾਂਦੀ ਹੈਗੀ। ਅਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ, ਅਤੇ ਕਰਦੇ ਹਾਂ ਕਦੇ ਖੁੱਲ੍ਹ ਕੇ ਇਹਨਾਂ ਗੱਲਾਂ 'ਤੇ ਗੱਲਾਂ ਬਾਤਾਂ। ਅਤੇ ਉੱਥੇ ਕਈ ਵਾਰੀ ਜਿੰਮ 'ਚ ਵੀ ਬਣਾ ਲਵਾਂ ਬਲੌਗ ਤਾਂ ਫਿਰ ਨਾਲ ਦੇ ਬੰਦੇ ਕਈ ਵਾਰੀ ਇਹੋ ਜਿਹੇ ਹੁੰਦੇ ਆ ਕਿ ਉਹ ਕੰਫਰਟੇਬਲ ਨਹੀਂ ਹੁੰਦੇ, ਕਈ ਵਾਰੀ ਵੀਡੀਓ ਨਾਲ ਕਈ ਸੰਗਦੇ ਹੁੰਦੇ ਆ, ਕਈ ਬਣਾ ਕੇ ਨਹੀਂ ਰਾਜ਼ੀ ਹੁੰਦੇ, ਕਈ ਵਿੱਚ ਆ ਕੇ ਨਹੀਂ ਰਾਜ਼ੀ ਹੁੰਦੇ ਵੀਡੀਓ 'ਚ, ਅਤੇ ਉਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ, ਤਾਂ ਕਰਕੇ ਬਸ ਉੱਥੇ ਕਦੇ ਐਂ ਖੁੱਲ੍ਹਾ ਜਿਹਾ ਮਾਹੌਲ ਮੈਨੂੰ ਬਣਿਆ ਨਹੀਂ ਦਿਮਾਗ ਜਿਹਨੂੰ। ਅਤੇ ਖੈਰ ਜ਼ਰੂਰ ਕਿਸੇ ਦਿਨ ਕਰਾਂਗੇ ਉਹ ਗੱਲਬਾਤ ਖੁੱਲ੍ਹ ਕੇ। ਅਤੇ ਠੀਕ ਹੈ ਜੀ, ਧੰਨਵਾਦ, ਜੁੜੇ ਰਹੋ ਚੈਨਲ ਦੇ ਨਾਲ, ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ।